ਇਹਦੇ ਵਿੱਚ ਜਿੱਥੇ ਲੋਕ ਨੇ ਪਰੇਸ਼ਾਨ ਨੇ ਅਤੇ ਸਾਡੀ ਬਸਤੀ 'ਤੇ ਬਹੁਤ ਗੱਲਾਂ ਕੀਤੀਆਂ ਗਈਆਂ ਉਹਨਾਂ ਨੇ ਕਰਾਣੇ ਪਾਕ ਦੀਆਂ ਅਸੀਂ ਕਾਗਜ਼ਾਂ ਛੱਟ ਕੇ ਅਤੇ ਅਸੀਂ ਉਹਨਾਂ ਨੂੰ ਅੱਗ ਲਾਵਾਂਗੇ, ਬਸਤੀ ਵੀ ਸਾੜਾਂਗੇ, ਚਰਚ ਨੂੰ ਵੀ ਅੱਗ ਲਾਵਾਂਗੇ। ਅਸੀਂ ਰੋਣ ਰੱਖੇ ਹੋਏ ਪਏ ਨੇ, ਅਸੀਂ ਬੱਚੇ ਭਜਾ ਦਿੱਤੇ ਨੇ ਅਤੇ ਅਸੀਂ ਬੀਬੀਆਂ ਘਰ ਇਕੱਲੀਆਂ ਨੇ, ਬੰਦੇ ਅਸੀਂ ਬਹੁਤ ਕੰਮ ਆਏ ਹਾਂ, ਬੀਬੀਆਂ ਨੇ ਵਿਚਾਰੀਆਂ ਉਹ ਡਰਦੀਆਂ ਨੇ, ਖੌਫ ਖਾਂਦੀਆਂ ਨੇ ਅਤੇ ਉਹਨਾਂ ਕੱਲ੍ਹ ਕਿਹਾ ਈਦ ਵਾਲੇ ਦਿਨ ਅਸੀਂ 50-60 ਬੰਦੇ ਆਉਣੇ ਨੇ, ਸਾਡੀਆਂ ਸ਼ਰਾਬਾਂ ਵੀ ਚੱਲਣੀਆਂ ਨੇ, ਅਸੀਂ ਬਸਤੀ ਦੇ ਸਿਰਾਂ, ਅਸੀਂ ਜਿਹੜਾ ਆਇਆ ਅਸੀਂ ਫੈਰ ਮਾਰਨਾ, ਅਸੀਂ ਨਹੀਂ ਛੱਡਣਾ। ਉਹ ਪਿਸਤੌਲ ਵੀ ਲੈ ਕੇ ਫਿਰਦੇ ਨੇ, ਖੰਜਰ ਵੀ ਲੈ ਕੇ ਫਿਰਦੇ ਨੇ, ਸਾਨੂੰ ਉਹਨਾਂ ਨੇ ਦਹਿਸ਼ਤ ਫੈਲਾਈ ਹੋਈ ਹੈ। ਅਸੀਂ ਜਿਹਦੇ ਕੋਲ ਗਏ ਹਾਂ ਸਾਨੂੰ ਕਿਸੇ ਨੇ ਤਹੱਫਜ਼ ਨਹੀਂ ਦਿੱਤਾ। ਜਦੋਂ ਦੀ ਅੱਗ ਲੱਗੀ ਹੈ ਇੱਥੇ ਪੁਲਿਸ ਨਹੀਂ ਆਈ ਸਾਡੇ ਪੈਰਵਾਈ ਕਰਨ ਲਈ, ਕੋਈ ਨਹੀਂ ਆਇਆ। ਅਸੀਂ ਇੰਝ ਹੀ ਲੁਕ ਛੁਪ ਕੇ ਗੁਜ਼ਾਰਾ ਕਰਨ ਲਈ ਅਸੀਂ ਬਸਤੀ ਛੱਡ ਕੇ ਇੱਥੋਂ ਜਾਣਾ ਚਾਹੁੰਦੇ ਹਾਂ। ਬਸ ਅਸੀਂ ਕਾਲਾਂ ਕਰਨੇ, ਸਾਡੀ ਕੋਈ ਸੁਣਦਾ ਹੀ ਕੋਈ ਨਹੀਂ। SHO ਕੋਲ ਗਏ ਹਾਂ, ਉਹਨੇ ਸਾਡੀ ਸੁਣੀ ਨਹੀਂ ਹੈ। DSP ਕੋਲ ਗਏ ਹਾਂ, ਉਹਨੇ ਵੀ ਸਾਡੇ ਖਿਲਾਫ਼ ਕੀਤੀਆਂ ਨੇ। ਆਪਣਾ DPA ਕੋਲ ਗਏ ਹਾਂ, ਉਹਨੇ ਵੀ ਸਾਡੀ ਕੋਈ ਨਹੀਂ ਸੁਣੀ। ਅਸੀਂ ਬੜੇ ਪਰੇਸ਼ਾਨ ਹਾਂ, ਅਸੀਂ ਆਉਂਦੇ ਹੋ ਤਾਂ ਅਸੀਂ ਬਸਤੀ ਛੱਡ ਕੇ ਚਲੇ ਜਾਂਦੇ ਹਾਂ। ਬਸ ਤਹੱਫਜ਼ ਚਾਹੀਦਾ ਸਾਨੂੰ, ਆਪਣਾ ਅਸੀਂ ਆਪਣੇ ਤਹੱਫਜ਼ ਲਈ ਰੋਂਦੇ ਹਾਂ, ਸਾਨੂੰ ਤਹੱਫਜ਼ ਚਾਹੀਦਾ।